हेलो एवरीवन वेलकम टू स्ट्रे शॉर्टकट्स सो बिकम्स इज द मास्टर कैडर नु लेके एक नवी जड़ी इंफॉर्मेशन पब्लिक नोटिस जड़ा जारी कर ਦਿੱਤਾ ਗਿਆ ਜੀ ਕਿਸ ਦੇ ਰਿਗਾਰਡਿੰਗ ਹੈਗਾ 2392 ਜਿਹੜੀਆਂ ਪੋਸਟ ਆਊਟ ਹੋਈਆਂ ਸੀ ਜੀ ਉਸ ਦੇ ਰਿਗਾਰਡਿੰਗ ਜਿਹੜਾ ਪੇਪਰ ਜਿਹੜਾ ਹੈ ਉਹਦਾ ਅਨਾਉਂਸ ਹੋ ਚੁੱਕਿਆ ਸੀਗਾ 20 ਜੂਨ ਨੂੰ ਦਾ ਪੇਪਰ ਲਿਆ ਜਾਣਾ ਉਸ ਦੇ ਰਿਗਾਰਡਿੰਗ ਇੱਕ ਨਵਾਂ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਗਿਆ ਦੇਖਦੇ ਹਾਂ ਪਬਲਿਕ ਨੋਟਿਸ ਦੇ ਵਿੱਚ ਕੀ ਇੰਪੋਰਟੈਂਟ ਇਨਫੋਰਮੇਸ਼ਨ ਦਿੱਤੀ ਗਈ ਹੈ ਦੇਖਦੇ ਹਾਂ ਹੁਣ ਉਹਨੇ ਅਫੀਸ਼ੀਅਲ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਇਹ ਨੋਟਿਸ ਹੈਗਾ ਜੀ ਕੀ ਕੁਛ ਇਸ ਨੋਟਿਸ ਦੇ ਵਿੱਚ ਲਿਖਿਆ ਹੋਇਆ ਹੈ ਹਾਂਜੀ ਇਸ ਦੇ ਵਿੱਚ ਸਾਇੰਸ ਵਿਸ਼ੇ ਦੇ 5 ਪੋਸਟਾਂ ਤੇ ਮੈਥ ਦੀਆਂ 595 ਬੈਕਲੌਗ ਦੀਆਂ ਇਸ 499 ਨਵੀਆਂ ਅਸਾਮੀਆਂ ਜਿਹੜੀਆਂ ਆਊਟ ਹੋਈਆਂ ਸੀ ਤੇ ਉਸ ਦੇ ਨਾਲ 135 ਪੋਸਟ ਵੀ ਜਿਹੜੀਆਂ ਆਊਟ ਹੋਈਆਂ ਸੀਗੀਆਂ 35 ਪੋਸਟ ਆਊਟ ਹੋਈਆਂ ਸੀ ਤੇ 90 ਦਿਵਿਆਂ ਕੈਟਾਗਰੀ ਦੇ ਜਿਹੜੇ ਉਸ ਤੋਂ ਬਾਅਦ ਕਨਵਰਟ ਕਰ ਦਿੱਤੀਆਂ ਗਈਆਂ ਸੀ ਤਾਂ ਉਹ ਵੀ ਪੋਸਟਾਂ ਜਿਹੜੀਆਂ ਮਾਸਟਰ ਕੈਟਾਗਰੀ ਦੀਆਂ ਆਊਟ ਹੋਈਆਂ ਸੀ ਉਹਨਾਂ ਸਾਰਿਆਂ ਦਾ ਹੀ ਪੇਪਰ ਜਿਹੜਾ ਹੈ ਉਹ ਡਿਸਾਈਡ ਕੀਤਾ ਗਿਆ ਸੀ 20 ਜੂਨ ਤੇ 21 ਜੂਨ ਨੂੰ ਲੈਣ ਸੰਬੰਧੀ ਤਾਂ ਹੁਣ ਇਹਦੇ ਵਿੱਚ ਗੱਲ ਕੀਤੀ ਗਈ ਹੈ ਇਸ ਨੋਟਿਸ ਦੇ ਵਿੱਚ ਇਸ ਜਰੀ ਹੋਣ ਤੋਂ ਬਾਅਦ ਵਿਭਾਗ ਨੂੰ ਉਕਤ ਭਰਤੀਆਂ ਵਿੱਚ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੇ ਜਾਂ ਉਮੀਦਵਾਰਾਂ ਦੇ ਇਤਰਾਜ਼ ਸਾਹਮਣੇ ਆਏ ਹਨ ਕਿ ਉਹਨਾਂ ਵੱਲੋਂ ਉਕਤ ਵੱਖ-ਵੱਖ ਭਰਤੀ ਵਿੱਚ ਇੱਕ ਹੀ ਵਿਸ਼ੇ ਵਿੱਚ ਅਪਲਾਈ ਕੀਤਾ ਗਿਆ ਹੈ ਭਾਵੇਂ ਉਹਨਾਂ ਵੱਲੋਂ ਅੰਗਰੇਜ਼ੀ 380 ਬੈਕਲੋਗ ਅੰਗਰੇਜ਼ੀ ਵਿਸ਼ੇ ਵਿੱਚ 499 ਨਵੀਆਂ ਸਾਮੀਆਂ ਅਤੇ 135 ਦਵੀਆਂ ਕੈਟਾਗਰੀ ਦੇ ਬੈਕਲੋਗ ਦੀਆਂ ਅੰਗਰੇਜ਼ੀ ਦੀਆਂ ਪੋਸਟਾਂ ਵਿਰੁੱਧ ਅਪਲਾਈ ਕੀਤਾ ਹੈ ਕਿਉਂਕਿ ਵਿਭਾਗ ਵੱਲੋਂ ਅੰਗਰੇਜ਼ੀ ਵਿਸ਼ੇ ਦਾ ਇੱਕ ਹੀ ਪੇਪਰ ਆ ਜਾਵੇਗਾ ਜੋ ਕਿ B 26 2021 ਨੂੰ ਲਿਆ ਜਾਣਾ ਹੈ ਤਾਂ ਉਕਤ ਤਿੰਨੋਂ ਭਰਤੀਆਂ ਦੇ ਵਿਰੁੱਧ ਕਿਵੇਂ ਪੇਪਰ ਦੇ ਸਕਦੇ ਹਨ ਉਮੀਦਵਾਰ ਦੇ ਉਕਤੇ ਇਤਰਾਜ਼ ਦੇ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਉਹਨਾਂ ਵੱਲੋਂ ਭਾਵੇਂ ਵੱਖ-ਵੱਖ ਭਰਤੀਆਂ ਵਿੱਚ ਇੱਕ ਹੀ ਵਿਸ਼ੇ ਦੇ ਵਿਰੁੱਧ ਅਪਲਾਈ ਕੀਤਾ ਹੈ ਪਰੰਤੂ ਵਿਭਾਗ ਉਹਨਾਂ ਨੂੰ ਇੱਕ ਹੀ ਰੋਲ ਨੰਬਰ ਜਾਰੀ ਕਰੇਗਾ ਚਾਹੇ ਤੁਸੀਂ 3 ਪੋਸਟ ਦੇ ਵਿੱਚ ਅਪਲਾਈ ਕੀਤਾ ਹੈ ਤੁਸੀਂ ਅੰਗਰੇਜ਼ੀ ਦੀਆਂ 380 899 ਤੇ ਫਿਰ ਤੁਸੀਂ 13590 ਦੇ ਵਿੱਚ ਅਪਲਾਈ ਕੀਤਾ ਹੈ ਪਰ ਤੁਹਾਨੂੰ ਰੋਲ ਨੰਬਰ ਜਿਹੜਾ ਹੈ ਉਹ ਇੱਕ ਹੀ ਦਿੱਤਾ ਜਾਵੇਗਾ ਉਮੀਦਵਾਰ ਇਸ ਰੋਲ ਨੰਬਰ ਦੇ ਵਿਰੁੱਧ ਆਪਣਾ ਪੇਪਰ ਦੇਵੇਗਾ ਅਤੇ ਇਸ ਵਿੱਚ ਜੋ ਨਤੀਜਾ ਆਏਗਾ ਉਹ ਉਸ ਅਧਾਰ ਤੇ ਉਹਨਾਂ ਦੀ ਅੰਗਰੇਜ਼ੀ 380 ਬੈਕਲੌਗ ਅੰਗਰੇਜ਼ੀ ਵਿਸ਼ੇ ਦੀਆਂ 899 ਨਵੀਆਂ ਅਸਾਮੀਆਂ ਅਤੇ 135 ਦਿਵੰਗ ਕੈਟਾਗਰੀ ਦੀਆਂ ਭਰਤੀ ਬੈਕਲੌਗ ਦੀ ਭਰਤੀ ਵਿੱਚ ਮੈਰਿਟ ਤਿਆਰ ਕੀਤੀ ਜਾਵੇਗੀ ਇਸ ਅਪਕੀਰਾਂ ਦੇ ਤਹਿਤ ਬਾਕੀ ਵਿਸ਼ੇ ਤੇ ਵੀ ਕਾਰਵਾਈ ਕੀਤੀ ਜਾਏਗੀ ਤਾਂ ਯਾਨੀ ਕਿ ਤੁਹਾਡੇ ਨੇ ਚਾਹੇ ਅਲੱਗ-ਅਲੱਗ ਪੋਸਟ ਦੇ ਵਿੱਚ ਜਿਹੜਾ ਹੈਗਾ ਅਲੱਗ-ਅਲੱਗ ਮਤਲਬ ਭਰਤੀ ਜਿਹੜੀ ਨਿਕਲੀ ਸੀ ਉਹਦੇ ਵਿੱਚ ਇੱਕੋ ਹੀ ਵਿਸ਼ੇ ਚ ਅਪਲਾਈ ਕੀਤਾ ਹੈ ਚਾਹੇ ਤੁਸੀਂ ਅੰਗਰੇਜ਼ੀ ਦਾ ਹੋਵੇ ਚਾਹੇ ਫਿਰ ਸਾਇੰਸ ਦਾ ਹੋਵੇ ਜਾਂ ਫਿਰ ਮੈਥ ਦਾ ਹੋਵੇ ਬੈਕਲੌਗ ਦੇ ਇੰਟਰਵਿਊ ਪੋਸਟ ਆਊਟ ਹੋਈਆਂ ਸੀ ਫਿਰ ਨਵੀਆਂ ਪੋਸਟਾਂ ਵੀ ਆਊਟ ਹੋਈਆਂ ਨੇ ਫਿਰ 135 ਅੰਦਰ ਵੀ ਪੋਸਟ ਆਊਟ ਹੋਈਆਂ ਸੀ ਤਾਂ ਇਸ ਕਰਕੇ ਉਹ ਕਹਿੰਦੇ ਕਿ ਤੁਹਾਨੂੰ ਚਾਹੇ ਅਲੱਗ-ਅਲੱਗ ਅਪਲਾਈ ਕੀਤਾ ਸੀ ਲੇਕਿਨ ਤੁਹਾਡਾ ਰੋਲ ਨੰਬਰ ਜਿਹੜਾ ਉਹ ਇੱਕੋ ਹੀ ਰਹੇਗਾ ਇੰਗਲਿਸ਼ ਦਾ ਇੱਕ ਰੋਲ ਨੰਬਰ ਇੱਕ ਹੀ ਰੋਲ ਨੰਬਰ ਆਊਟ ਹੋਏਗਾ ਤੇ ਉਸ ਰੋਲ ਨੰਬਰ ਤੇ ਹੀ ਤੁਸੀਂ ਫਿਰ ਆਪਣਾ ਜਿਹੜਾ ਐਗਜ਼ਾਮ ਦੋਗੇ ਤੇ ਉਸ ਬੇਸਿਸ ਤੇ ਸਾਰੇ ਜਿੰਨੀਆਂ ਵੀ ਪੋਸਟਾਂ ਹੈਗੀਆਂ ਜਿਵੇਂ ਇੰਗਲਿਸ਼ ਦੇ 380 ਇੰਗਲਿਸ਼ ਦੀ 899 135 ਵਿੱਚ ਇੰਗਲਿਸ਼ ਦੀ ਜਿੰਨੀਆਂ ਹੈਗੀਆਂ ਨੇ ਉਹਨਾਂ ਸਾਰਿਆਂ ਨੂੰ ਮਿਲਾ ਕੇ ਇੰਗਲਿਸ਼ ਦੀ ਇੱਕ ਮੈਰਿਟ ਲਿਸਟ ਤਿਆਰ ਕੀਤੀ ਜਾਏਗੀ ਤੇ ਉਸ ਬੇਸਿਸ ਤੇ ਸੋਨੂੰ ਸਾਰਿਆਂ ਨੂੰ ਜੋਬ ਜਿਹੜੀ ਹੈ ਦਿੱਤੀ ਜਾਊਗੀ ਹਾਂਜੀ ਤਾਂ ਮਤਲਬ ਇੰਗਲਿਸ਼ ਦੇ ਵਿੱਚ ਅਗਰ ਆਪਾਂ ਪਲੱਸ ਕਰੀਏ ਕਿ ਇੰਗਲਿਸ਼ ਦੀ 380 ਬੈਕਲੌਗ ਦੀਆਂ 899 ਨਿਊ ਆਊਟ ਹੋਈਆਂ ਸੀ ਤੇ ਨਾਲ ਹੀ ਫਿਜ਼ੀਕਲ ਹੈਂਡੀਕੈਪ ਦੀ ਅਗਰ ਆਪਾਂ 30 ਬਿੜੀਆਂ ਦੀ ਪੋਸਟ ਆਊਟ ਹੋਈਆਂ ਸੀ ਟੋਟਲ ਉਹਨਾਂ ਨੂੰ ਪਲੱਸ ਕਰੀਏ ਤਾਂ ਇੰਗਲਿਸ਼ ਦੀ ਟੋਟਲ ਜਿਹੜੀ ਮੈਰਿਟ ਬਣੇਗੀ ਟੋਟਲ ਪੋਸਟਾਂ ਦੀ ਜੇ ਆਪਾਂ ਕਹ ਲਈਏ ਜਿੰਨੀਆਂ ਟੋਟਲ ਪੋਸਟਾਂ ਦੇ ਅਗੇਂਸਟ ਪੇਪਰ ਹੋਏਗਾ ਤਾਂ ਉਹ ਹੋਏਗਾ ਜੀ 1309 ਤਾਂ 1309 ਪੋਸਟਾਂ ਦੇ ਅਗੇਂ ਜਿਹੜੇ ਅਗੇਂਸਟ ਜਿਹੜੀ ਥੋੜੀ ਮੈਰਿਟ ਲਿਸਟ ਆਊਟ ਹੋਏਗੀ ਮਤਲਬ 1309 ਪ ਤੇ ਨਾਲ ਹੀ 50 ਜਿਹੜੀਆਂ ਇਹਦੀਆਂ ਪੋਸਟਾਂ ਸੀਗੀਆਂ ਜੀ 50 ਸੀਗੀਆਂ ਫਿਜ਼ੀਕਲੀ ਹੈਂਡੀਕੈਪ ਦੀਆਂ ਤਾਂ ਇਹਦੇ ਵਿੱਚ ਟੋਟਲ 645 ਦੇ ਅਗੇਂਸਟ ਮੈਰਿਟ ਬਣੇਗੀ ਤੇ ਇਸੇ ਤਰ੍ਹਾਂ ਕਰਾਪਾ ਸਾਇੰਸ ਦੀ ਗੱਲ ਕਰ ਲਈਏ ਤਾਂ ਸਾਇੰਸ ਦੇ ਵਿੱਚ ਜਿਹੜੀਆਂ ਇਹਦੀਆਂ ਬੈਕਲੌਗ ਦੀ ਪੋਸਟ ਆਊਟ ਹੋਈਆਂ ਸੀ ਉਹ ਹੋਈਆਂ ਸੀਗੀਆਂ ਜੀ 518 ਪੋਸਟ ਤੇ ਨਾਲ ਹੀ ਇਹਦੀਆਂ ਜਿਹੜੇ ਫਿਜ਼ੀਕਲ ਹੈਂਡੀਕੈਪ ਦੇ ਵਿੱਚ ਆਊਟ ਹੋਈਆਂ ਸੀ ਉਹ ਸੀਗੀਆਂ ਜੀ 51 ਪੋਸਟ ਤਾਂ ਟੋਟਲ ਇਹਦੇ ਵਿੱਚ 569 ਪੋਸਟਾਂ ਜੜੀਆਂ ਨੇ ਉਹ 569 ਪੋਸਟ ਜੜੀਆਂ ਹੈ ਉਹਦੇ ਅਗੇਂਸਟ ਮੈਰਿਟ ਬਣੇਗੀ ਪੇਪਰ ਹੋਏਗਾ ਤੇ ਇਹ ਇੰਪੋਰਟੈਂਟ ਇਨਫੋਰਮੇ ਹੈਗਾ ਜੀ ਤਿੰਨ ਪੋਸਟਾਂ ਦੇ ਵਿੱਚ ਅਪਲਾਈ ਕੀਤਾ ਲੇਕਿਨ ਸਾਡਾ ਪੇਪਰ ਇੱਕ ਹੋਏਗਾ ਜਾਂ ਦੋ ਹੋਣਗੇ ਪੇਪਰ ਅਲੱਗ-ਅਲੱਗ ਹੋਣਗੇ ਤਾਂ ਉਸ ਦਾ ਆਨਸਰ ਜਿਹੜਾ ਆਪਾਂ ਵੀ ਇਹੀ ਕਹਿ ਸਕੋ ਕਿ ਪੇਪਰ ਥੋੜਾ ਜਿਹੜਾ ਇੱਕ ਹੋਏਗਾ ਬੋਰਡ ਨੇ ਵੀ ਉਸ ਦੀ ਅਫੀਸ਼ੀਅਲ ਕਲੈਰੀਫਿਕੇਸ਼ਨ ਦੇ ਦਿੱਤੀ ਹੈ ਕਿ ਪੇਪਰ ਜਿਹੜਾ ਉਹ ਇੱਕ ਹੀ ਹੋਏਗਾ ਰੋਲ ਨੰਬਰ ਵੀ ਇੱਕ ਮਿਲੇਗਾ ਤੇ ਪੇਪਰ ਵੀ ਤੁਹਾਡਾ ਇੱਕ ਹੋਏਗਾ ਤੇ ਇੱਕ ਹੀ ਮੈਰਿਟ ਲਿਸਟ ਤਿਆਰ ਕੀਤੀ ਜਾਏਗੀ ਤੇ ਉਸ ਬੇਸਿਸ ਤੇ ਹੀ ਜੋਬ ਜਿਹੜੀ ਹੈ ਪ੍ਰੋਵਾਈਡ ਕੀਤੀ ਜਾਏਗੀ ਤੇ ਇਹ ਸੀਗੀ ਜੋ ਅਫੀਸ਼ੀਅਲ ਇਨਫੋਰਮੇਸ਼ਨ ਜਿਹੜੀ ਕਿ ਹੁਣੇ ਉਹਨੇ ਅਫੀਸ਼ੀਅਲ ਵੈਬਸਾਈਟ ਤੇ ਆਊਟ ਕੀਤੀ ਗਈ ਹੈ ਆਈ ਹੋਪ ਇਨਫੋਰਮੇਸ਼ਨ ਤੁਹਾਡੇ ਲਈ ਯੂਸਫੁਲ ਰਹੀ ਹੋਏਗੀ ਪਲੀਜ਼ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਸ ਦੇ ਵੀ ਮਾਈਂਡ ਦੇ ਵਿੱਚ ਇਹ ਕਨਫਿਊਜ਼ਨ ਹੈ ਕਿ ਉਸ ਦੇ ਪਤਾ ਨਹੀਂ ਪੇਪਰ 2 ਹੋਣਗੇ ਜਾਂ 3 ਹੋਣਗੇ ਉਸ ਦੀ ਕਨਫਿਊਜ਼ਨ ਜਿਹੜੀ ਹੈ ਦੂਰ ਹੋ ਸਕੇ ਐਗਜ਼ਾਮ ਇੱਕ ਹੋਏਗਾ ਰੋਲ ਨੰਬਰ ਵੀਕ ਆਏਗਾ ਤੇ ਮੈਂ ਐਟਲੀਸਟ ਵੀਕ ਬਣੇਗੀ ਤੇ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਹਰ ਇੱਕ ਨੋਟੀਫਿਕੇਸ਼ਨ ਟਾਈਮ ਸੇ ਤੇ ਸਭ ਤੋਂ ਪਹਿਲਾਂ ਪਾਉਣ ਲਈ ਤੁਸੀਂ ਫੇਸਬੁੱਕ ਔਰ ਟੈਲੀਗ੍ਰਾਮ ਚੈਨਲ ਨੂੰ ਵੀ ਫੋਲੋ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ ਥੈਂਕ ਯੂ